ਸਾਡੇ ਡਾਕਟਰ ਕਮਲਜੀਤ ਕੌਰ ਨੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਦੇ ਵਾਈਫ ਨੇ ਉਹਨਾਂ ਨੂੰ ਕੈਂਡੀਡੇਟ ਸੀਐਮ ਫੇਸ ਅਨਾਉਂਸ ਕੀਤਾ ਮੈਡਮ ਕਿੱਦਾਂ ਰਿਐਕਟ ਕਰਦੇ ਹੋ ਫਸਟ ਐਕਸ਼ਨ ਮੇਰੇ ਕੋਈ ਵਰਡਸ ਨਹੀਂ ਹੈ ਪਾਰਟੀ ਤੇ ਲੋਕਾਂ ਦਾ ਪਿਆਰ ਉੱਪਰ ਕੇ ਆਇਆ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਮੈਂ ਪਰਮਾਤਮਾ ਦਾ ਧੰਨਵਾਦ ਕਰਦੀ ਹਾਂ ਜਿਨੇ ਸਾਨੂੰ ਐਡੀ ਵੱਡੀ ਸ਼ਖਸੀਅਤ ਦਿੱਤੀ ਹੈ ਅਸੀਂ ਉਸ ਕਾਬਲ ਵੀ ਨਹੀਂ ਸੀਗੇ ਜਿੰਨਾ ਸਾਨੂੰ ਪਾਰਟੀ ਨੇ ਔਰ ਤੇ ਲੋਕਾਂ ਦੇ ਪਿਆਰ ਨੇ ਸਾਨੂੰ ਉਹ ਤੇ ਸੰਘਰਸ਼ਾਂ ਦੇ ਦਿਨਾਂ ਤੋਂ ਉਹਨਾਂ ਦੇਖ ਰਹੇ ਹੋ ਅੱਜ ਅਲਟੀਮੇਟਲੀ 111 ਦਿਨ ਸਰਕਾਰ ਚਲਾਈ ਹੈ ਉਹਨਾਂ ਨੇ ਬਤੌਰ ਸੀਐਮ ਆਖਿਰਕਾਰ ਕਾਂਗਰਸ ਨੇ ਉਹਨਾਂ ਨੂੰ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਅਸੀਂ ਗਰੀਬ ਜਿਹੜਾ ਲੀਡਰ ਹੈ ਗਰੀਬੀ ਤੋਂ ਉੱਠਿਆ ਉਹਨੂੰ ਸੀਐਮ ਦਾ ਚਿਹਰਾ ਅਨਾਉਂਸ ਕਰ ਮੈਂ ਉਹਨਾਂ ਦੇ ਜਿਵੇਂ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਔਰ ਲੋਕਾਂ ਦਾ ਪਿਆਰ ਉਹਨਾਂ ਨੇ ਮਿਲਦਾ ਔਰ ਲੋਕਾਂ ਨੇ ਉਹਨਾਂ ਨੇ ਵਿਸ਼ਵਾਸ ਜਤਾਇਆ ਉੱਪਰਲੀ ਪਾਰਟੀ ਨੂੰ ਵੀ ਇਹ ਇੱਕ ਗਰੀਬ ਪਰਿਵਾਰ 'ਚੋਂ ਉੱਠਿਆ ਹੋਇਆ ਹੈ ਔਰ ਇਹ ਸਾਡੀ ਹੈਲਪ ਕਰ ਸਕਦਾ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਐਡਾ ਵੱਡਾ ਮਾਣ ਬਖਸ਼ਿਆ ਔਰ ਸਾਰੇ ਲੋਕਾਂ ਦਾ ਪਿਆਰ ਮਿਲ ਰਿਹਾ ਮੇਰੇ ਕੋਲ ਹੋਰ ਕੋਈ ਵਰਡਸ ਨਹੀਂ ਹੈ ਪੰਜਾਬ ਨੂੰ ਕਿੰਨਾ ਅੱਗੇ ਲੈ ਕੇ ਜਾਣਗੇ ਚੀਫ ਮਿਨਿਸਟਰ ਜੇ ਦੁਬਾਰਾ ਬਣਦੇ ਦੇਖ ਸਕਦੇ ਹੋ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਦੇ ਵਾਈਫ ਡਾਕਟਰ ਕਮਲਜੀਤ ਕੌਰ ਸੀਗੇ ਬਹੁਤ ਇਮੋਸ਼ਨਲ ਜਿਹੜੇ ਇਸ ਵਕਤ ਹੋ ਗਏ ਨੇ ਬਹੁਤ ਇਮੋਸ਼ਨਲ ਲਮਹੇ ਫੈਮਿਲੀ ਵਾਸਤੇ ਨੇ ਕਿਉਂਕਿ ਆਖਿਰਕਾਰ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਉਹਨਾਂ ਨੂੰ ਸੀਐਮ ਦਾ ਫੇਸ ਜਿਹੜਾ ਹੈ ਉਹ ਅਨਾਊਂਸ ਕੀਤਾ ਹੈ ਹਾਂਜੀ ਉਹ ਯਾਰ ਤਾਰ ਤਾਂ ਲਾ ਲਈ ਇੱਥੇ ਗਾਹ ਪਿਆ ਹੋਇਆ